ਨੇ ਇੱਕ ਤੇ ਅੱਜ ਮਹਾਰਾਜਾ ਹਰੀ ਸਿੰਘ ਜੀ ਦਾ ਮਹਾਰਾਜ ਦਾ ਜਨਮ ਦਿਨ ਹੈ, ਸਾਰੇ ਹੀ ਉਹਦੀ ਵਧਾਈ ਮੁਬਾਰਕ। ਅੱਜ ਅਸ ਉਹਦੀ ਮੂਰਤੀ ਉੱਪਰ ਪੁਸ਼ਪ ਅਰਪਣ ਕਰੀਏ, ਉਹਦੇ ਆਸ਼ੀਰਵਾਦ ਲੈਣ ਆਏ ਦੇ ਹੈ। ਤੇ ਮੈਂ ਤੇ ਛੜਾ ਇੰਨਾ ਗਲਾਂਗ ਕਿ ਕਈ ਬਰੇ ਦੇ ਬਾਅਦ ਸਾਡਾ ਜਿਹੜਾ ਰਿਣ ਹੈ ਉਹਦੇ ਪ੍ਰਤੀ ਉਹਦਾ ਪੂਰੀ ਚਾਲੀ ਤੇ ਨਹੀਂ ਪਰ ਕੁਛ ਹੱਦ ਤੱਕ ਪ੍ਰਾਸ਼ਚਿਤ ਹੋਇਆ ਹੈ। ਜਿਸ ਲੈ ਕੇ ਮੋਦੀ ਜੀ ਨੇ ਇੱਕ ਆਦੇਸ਼ ਜਾਰੀ ਕਰੀਏ, ਇੱਕ ਛੁੱਟੀ ਦਾ ਐਲਾਨ ਕੀਤਾ, ਇੱਕ ਵਿਲੇ ਦਿਵਸ ਜਿਹੜਾ ਜੰਮੂ ਕਸ਼ਮੀਰ ਦਾ ਮਨਾਇਆ ਜਾ ਰਿਹਾ ਹੈ। ਦੂਈ ਮੈਂ ਗਲਾਂਗ ਕਿ ਮਹਾਰਾਜਾ ਹਰੀ ਸਿੰਘ ਨੇ ਇਸ ਰਾਜ ਵਾਸਤੇ ਜੰਮੂ ਕਸ਼ਮੀਰ ਵਾਸਤੇ ਜੇ ਕੁਛ ਕੀਤਾ ਉਸਦਾ ਅਸ ਕਦੇ ਉਹਦਾ ਕਰਜ਼ ਤਾਂ ਨਹੀਂ ਅਦਾ ਕਰੀ ਸਕਦਾ, ਲੇਕਿਨ ਜਿਉਂ ਕਿ ਸਰਕਾਰਾਂ ਉਹਦੇ ਕੰਨੇ ਨਾ ਇਨਸਾਫੀ ਕੀਤੀ, ਭਾਵੇਂ ਜੰਮੂ ਕਸ਼ਮੀਰ ਰਾਜ ਦੀ ਸਰਕਾਰ ਹੀ ਭਾਵੇਂ ਉਹ ਕੇਂਦਰ ਦੀ ਹੀ, ਮੈਂ ਤਾਂ ਗਲਾਂਗ ਕਿ ਇਤਿਹਾਸਕਾਰਾਂ ਵੀ ਉਹਨਾਂ ਦੇ ਕੰਨੇ ਇਨਸਾਫ ਨਹੀਂ ਕੀਤਾ। ਅਸ ਜਦੋਂ ਵੀ ਮਹਾਰਾਜਾ ਹਰੀ ਸਿੰਘ ਜੀ ਕੀ ਯਾਦ ਕਰਨੇ ਆ ਤੇ ਜੰਮੂ ਕਸ਼ਮੀਰ ਦੇ ਭਾਰਤ ਕੀ ਗਣਰਾਜ ਕਰਨੇ ਵਿਲੇ ਦੇ ਕੀ ਲਈ ਹੈ ਉਹਦੀ ਭੂਮਿਕਾ ਦੇ ਵਿਸ਼ੇ ਜਾਂ ਫਿਰ ਸ਼ੇਖ ਅਬਦੁੱਲਾ ਤੇ ਨਹਿਰੂ ਨੇ ਜਿਹੜਾ ਉਹਦੇ ਖਿਲਾਫ ਜਿਹੜਾ ਸ਼ੜਯੰਤਰ ਰਚਿਆ ਉਸੀ ਲਈ ਹੈ, ਉਹਨੇ ਪ੍ਰਸੰਗੇ ਕੀ ਸਮਰਨ ਕਰਨੇ ਆ, ਕਰਨਾ ਵੀ ਚਾਹੀਦਾ ਕਿਉਂਕਿ ਉਹਦੇ 'ਚ ਮਹਾਰਾਜਾ ਸਾਹਿਬ ਦੀ ਦੇਸ਼ ਭਗਤੀ, ਰਾਸ਼ਟਰਵਾਦ ਤੇ ਜੰਮੂ ਕਸ਼ਮੀਰ ਦੇ ਪ੍ਰਤੀ ਪ੍ਰਤੀਬੱਧਤਾ ਦਾ ਇੱਕ ਪ੍ਰਤੀਕ ਹੈ। ਲੇਕਿਨ ਕੰਨੇ ਅਸੀਂ ਕਈ ਵਾਰੀ ਮੈਂ ਸਮਝਾਂ ਕਿ ਕੋਈ ਵਿਸ਼ਲੇਸ਼ਕ ਇਸ ਗੱਲ ਉੱਪਰ ਵੀ ਥੋੜ੍ਹਾ ਮੁਤਾਲਾ ਕਰੇ ਕਿ ਮਹਾਰਾਜਾ ਹਰੀ ਸਿੰਘ ਇੱਕ ਬੜਾ ਹੀ ਬਹੁਮੁਖੀ ਵਿਅਕਤਿਤਵ ਹੈ। ਜੰਮੂ ਕਸ਼ਮੀਰ ਤੇ ਵਿਸ਼ੇਸ਼ ਕਰ ਜੰਮੂ ਦੇ ਆਧੁਨੀਕਰਨ 'ਚ ਇਹਦੇ 'ਚ ਇੱਕ ਨਵੇਂ ਕਿਸਮ ਦੀ ਜਾਗਰੂਕਤਾ ਪੈਦਾ ਕਰਨੇ 'ਚ ਉਹਦਾ ਇੱਕ ਪ੍ਰਮੁੱਖ ਲੋੜ ਲਿਆ। ਸ਼ਾਇਦ ਨਵੀਂ ਪੀੜ੍ਹੀ ਕਿ ਇੰਨਾ ਜ਼ਿਆਦਾ ਗਿਆਤ ਹੋਇਆ ਕਿ ਨਹੀਂ, ਹਰ ਖੇਤਰ 'ਚ ਇਹ ਜੰਮੂ ਦਾ ਜਿਹੜਾ ਰੇਡੀਓ ਸਟੇਸ਼ਨ ਹੈ ਇਹ ਮਹਾਰਾਜਾ ਸਾਹਿਬ ਨੇ ਕਾਇਮ ਕੀਤਾ ਰਣਬੀਰ ਸਿੰਘ ਹਾਈ ਸਕੂਲ 'ਚ, ਔਰ ਸ਼ੁਰੂਆਤੀ ਦੌਰ 'ਚ ਇੱਥੇ ਬੜੇ ਬੜੇ ਨਾਮਵਰ ਪ੍ਰਬੰਧਕ ਰਹੇ, ਰਾਜਿੰਦਰ ਸਿੰਘ ਬੇਦੀ ਹੁੰਦੇ, ਸਾਹਿਤਕਾਰ, ਕਹਾਣੀਕਾਰ, ਫਿਲਮਸਾਰ, ਜਿਹਨੇ ਬੜੀ ਬੜੀ ਇਤਿਹਾਸਿਕ ਫਿਲਮਾਂ ਬਣਾਈਆਂ, ਦਸਤਕ, ਏਕ ਚਾਦਰ ਮੈਲੀ ਸੀ, ਕਈ ਵਰ੍ਹੇ ਤੱਕ ਉੱਥੇ ਸਟੇਸ਼ਨ ਡਾਇਰੈਕਟਰ ਰਹੇ। ਇਸੇ ਚਾਲੀ ਤੁਸੀਂ ਨਹਿਰ ਵਾਲੀ ਪੱਖੀ ਚਲੀ ਜਾਓ ਜਿਸ ਅੱਜ ਟ੍ਰਿਪਲ ਆਈ ਐਮ ਆਖਦੇ ਨੇ, ਇਹ ਵੀ ਮਹਾਰਾਜਾ ਸਾਹਿਬ ਨੇ ਸਾਬਿਤ ਕੀਤੀ। ਉਸ ਲਈ ਇਹਦਾ ਨਾਂ ਹੈ DRL, ਡਰੱਗ ਰਿਸਰਚ ਲੈਬਾਰਟਰੀ, 1942 ਦੀ ਗੱਲ ਹੈ ਜਿਸ ਲੈ ਕੇ ਕਦੇ ਇਹਦਾ ਕੰਸੈਪਟ ਹੀ ਨਹੀਂ ਹੈ। ਨਹੀਂ ਇਹ ਨੈਸ਼ਨਲ ਲੈਵਲ ਦੀਆਂ ਗੱਲਾਂ, ਅੰਤਰਰਾਸ਼ਟਰੀ ਸਰ ਰਾਮਨਾਥ ਚੋਪੜਾ ਹੁੰਦੇ ਇੱਕ, ਜਿਹੜੀ ਫਾਦਰ ਆਫ ਫਾਰਮੋਕੋਲੋਜੀ ਇਨ ਇੰਡੀਆ ਆਖਿਆ ਜਾਂਦਾ, ਉਹ ਸੇਵਾ ਨਿਵਰਤ ਹੋਏ ਕਲਕੱਤੇ ਤੋਂ ਆ, ਮਹਾਰਾਜਾ ਜੀ ਦੇਖੋ ਦੂਰ ਅੰਦੇਸ਼ੀ, ਉੱਥੋਂ ਆਉਣੇ ਲਿਆਉਂਦਾ ਜੰਮੂ ਤੇ ਉਹਦੇ ਕੋਲ ਸਥਾਪਿਤ ਕਰਾਈ ਵੀ ਉਹਨੇ ਇੱਥੇ ਵਸਾਇਆ ਨਹਿਰਾ ਉੱਪਰ। ਕਲਾ ਦੇ ਖੇਤਰ ਹੀ ਦੇਖੋ, ਭਾਰਤੀ ਉਪ ਮਹਾਂਦੀਪ ਕੀ ਮਲਕਾ ਪੁਖਰਾਜ ਜੈਸੀ ਗਾਇਕਾ ਦੀ ਖੋਜ ਕਰੀਏ ਮਹਾਰਾਜਾ ਸਾਹਿਬ ਨੇ ਦਿੱਤਾ, ਜਿਹੜੇ ਬਾਅਦ 'ਚ ਹਫੀਜ਼ ਜਲੰਧਰੀ ਦਾ ਗਾਇਆ ਵੀ ਤੋਂ ਮੈਂ ਜਵਾਹ ਹਾਂ ਤੇ ਅਜੇ ਤੱਕ ਉਹ ਅਮਰ ਹੋਈਆਂ। ਉਹ ਇੱਕ ਵਾਰੀ ਆਈਆਂ ਵੀ ਆ ਇੱਥੇ ਅਮਰ ਮਹਿਲ ਆ, ਸਿੱਧੇ ਕੰਨੇ ਗਏ, ਉਹ ਅਸੀਂ ਲੱਗੀਆਂ ਸੁਣਾਉਣ ਕਿ ਇੱਕ ਇੱਕ ਇੱਟ ਮਹਾਰਾਜੇ ਨੇ ਜਰਮਨੀ ਤੋਂ ਆਉਂਦੀ। ਸ਼ਿਕਸ਼ਾ ਦੇ ਖੇਤਰ ਹੀ ਦੇਖੋ, ਇਹ ਜਿਹੜਾ GGM ਸਾਇੰਸ ਕਾਲਜ ਹੈ, ਇਸੀ ਉਸ ਵੇਲੇ ਪ੍ਰਿੰਸ ਆਫ ਵੇਲਸ ਕਾਲਜ ਆਖਦੇ, ਇੱਥੇ ਉਹਨੇ ਰਾਸ਼ਟਰੀ ਸਤਰ ਦੇ ਸ਼ਿਕਸ਼ਕ ਪ੍ਰੋਫੈਸਰ ਸਿਦੇਸ਼ਵਰ ਵਰਮਾ ਜੇ ਇੱਥੇ ਲਿਆਉਂਦੇ। ਇਸੇ ਚਾਲੀ ਹਸਪਤਾਲੇ ਦੀ ਸਵਾਸਥ, ਸ਼ਿਕਸ਼ਾ, ਕਲਾ, ਸਾਹਿਤ, ਚੌਮੁਖੀ ਇੱਕ ਨਵੀਨੀਕਰਨ, ਇੱਕ ਆਧੁਨੀਕਰਨ ਉਹਨੇ ਜੰਮੂ 'ਚ ਇੱਕ ਲੋਕਾਂ ਪਰਿਚੇ ਦਿੱਤਾ ਕਿ ਇਸ ਵੇਲੇ ਦੁਨੀਆ ਵੀ ਕਿਉਂਕਿ 20ਵੀਂ ਸਦੀ ਦਾ ਆਗਾਜ਼ ਆ ਤੇ ਕਿਹੜੇ ਪਾਸੇ ਜਾ ਰਹੀ। ਜਿਵੇਂ ਹੁਣ ਸਾਡੇ ਸਾਥੀ ਨੇ ਗਲਾਇਆ ਵੀ ਹਸਪਤਾਲ ਬਣਾਉਣੇ ਦਾ ਕੰਮ, SMGS ਹਸਪਤਾਲ, SMHS ਹਸਪਤਾਲ, ਦਵੇਂ ਹਸਪਤਾਲ ਉਹਦੇ ਦੁਆਰਾ ਬਣਾਏ ਗਏ।
ਤੋ ਮੇਰਾ ਆਖਣੇ ਦਾ ਗਲਾੜੇ ਦਾ ਮਤਲਬ ਹੈ ਕਿ ਸਾਹਿਤ ਵਿੱਚ, ਸਿੱਖਿਆ ਵਿੱਚ, ਸਾਇੰਸ ਵਿੱਚ, ਵਿਗਿਆਨ ਵਿੱਚ ਅਤੇ ਅਮਰ ਮਹਿਲ ਜਿਹੜਾ ਅੱਜ ਤੁਸੀਂ ਦੇਖਣ ਜਾਂਦੇ ਹੋ, ਪ੍ਰਯਟਕ ਸਥਲ ਵੀ ਬਣੀਦਾ, ਉਹਦੇ ਨਕਸ਼ੇ ਵੀ ਜਰਮਨੀ ਦੇ ਆਰਕੀਟੈਕਟ ਦੇ ਸਹਿਯੋਗ ਕਰਨੇ ਬਣਾਏ ਗਏ। ਯਾਨੀ ਆਪਣੇ ਸਮੇਂ ਕੋਲ ਬੜੀ ਅੱਗੇ ਦੀ ਹੁੰਦੀ ਸੋਚ ਹੀ, ਮੈਂ ਚਾਹਾਂ ਕਿ ਆਉਣ ਵਾਲੇ ਪੀੜ੍ਹੀ ਵਾਸਤੇ, ਯੁਵਾਏ ਵਾਸਤੇ ਉਹ ਪ੍ਰੇਰਣਾ ਦਾ ਸਰੋਤ ਵੀ ਹੈ। ਮਹਾਰਾਜ ਸਾਹਿਬ ਦੇ ਜੀਵਨ ਦੇ ਔਰ ਉਹਦੇ ਵਿਅਕਤਿਤਵ ਦੇ ਹਰ ਇੱਕ ਪਹਿਲੂ ਉੱਪਰ ਵੱਖਰੇ ਵੱਖਰੇ ਤਰ੍ਹਾਂ ਦੀ ਸ਼ੋਧ ਕੀਤਾ ਜਾ। ਅਸੀਂ ਇੱਕ ਟੋਲੀ ਵੀ ਬਣਾ ਕੇ ਸਾਰੇ ਰਲੀ ਮਿਲੀਏ, ਉਹਦੇ ਉੱਪਰ ਕੋਈ ਡਿਜੀਟਲ ਮਟੀਰੀਅਲ ਵੀ ਪੈਦਾ ਕਰੀਏ, ਤਾਂ ਕਿ ਅਸੀਂ ਮਹਿਸੂਸ ਹੋਇਆ ਇਹ ਜਿਹੜੀ ਟ੍ਰਿਪਲ ਆਈ ਹੈ ਵੀ ਇੱਕ ਵੱਡੀ ਇਹਦੀ ਖਾਸ ਇਹ ਵਿਸ਼ੇਸ਼ਤਾ ਕਿ ਅਜੇ CSIR ਦਾ ਹਿੱਸਾ ਹੈ। ਲੇਕਿਨ CSIR ਦੀ ਲੈਬਾਰਟਰੀਆਂ ਦਾ ਆਗਾਜ਼ ਹੋਇਆ 1947 'ਚ, ਇਹ ਪਹਿਲੇ ਬਣੀ ਚੁੱਕੀ ਸੀ। ਯਾਨੀ ਮਹਾਰਾਜਾ ਸਾਹਿਬ ਆਜ਼ਾਦੀ 'ਚ ਦੇ ਬਾਅਦ ਜਿਹੜੇ ਨਵੇਂ ਇਨੀਸ਼ੀਏਟਿਵ ਲਿੱਤੇ ਗਏ ਕੇਂਦਰੀ ਸਰਕਾਰ ਕੋਲ, ਉਹਦੇ ਹੱਥ 'ਚ ਵੀ ਉਹ ਇੱਕ ਗਏ ਅੱਗੇ। ਮੈਂ ਇਹ ਕਹਿ ਰਿਹਾ ਤਾਂ ਕਿ ਹਮ ਸਭ ਯਹਾਂ ਇਕੱਤਰਿਤ ਹੋਏ, ਅੱਜ ਮਹਾਰਾਜਾ ਹਰੀ ਸਿੰਘ ਜੀ ਕਾ ਜਨਮਦਿਨ ਕਾ ਸ਼ੁਭ ਅਵਸਰ ਹੈ, ਯਹਾਂ ਪੁਸ਼ਪ ਅਰਪਣ ਕੀਆ, ਆਸ਼ੀਰਵਾਦ ਪ੍ਰਾਪਤ ਕੀਆ। ਔਰ ਮੈਂ ਤਾਂ ਇਹ ਕਹੂੰਗਾ ਕਿ ਜਦੋਂ ਮਹਾਰਾਜਾ ਹਰੀ ਸਿੰਘ ਕੋ ਸਮਰਨ ਕਰਤੇ ਹੈ, ਤੋ ਜਹਾਂ ਕੇਂਦਰ ਔਰ ਰਾਜ ਸਰਕਾਰੋਂ ਨੇ ਉਨਕੇ ਸਾਥ ਨਾਇਨਸਾਫੀ ਕੀ, ਮੈਂ ਤਾਂ ਇਹ ਕਹੂੰਗਾ ਕਿ ਇਤਿਹਾਸਕਾਰੋਂ ਨੇ ਵੀ ਉਨਕੇ ਸਾਥ ਪੂਰੀ ਤਰ੍ਹਾਂ ਨਿਆਏ ਨਹੀਂ ਕੀਆ। ਔਰ ਮੈਂ ਚਾਹੂੰਗਾ ਔਰ ਹਮ ਸਭ ਇਸਕਾ ਪ੍ਰਯਾਸ ਵੀ ਕਰੇਂਗੇ ਕਿ ਉਹ ਇੱਕ ਬਹੁਮੁਖੀ ਵਿਅਕਤਿਤਵ ਕੇ ਉਹ ਮਾਲਿਕ ਥੇ, ਔਰ ਜਿਸ ਪ੍ਰਕਾਰ ਸੇ ਸ਼ਿਕਸ਼ਾ ਕੇ ਖੇਤਰ ਮੇਂ, ਸਾਹਿਤ ਕੇ ਖੇਤਰ ਮੇਂ, ਕਲਾ ਕੇ ਖੇਤਰ ਮੇਂ, ਵਿਗਿਆਨ ਕੇ ਖੇਤਰ ਮੇਂ, ਮਹਾਰਾਜਾ ਸਾਹਿਬ ਨੇ ਇੱਕ ਆਧੁਨਿਕੀਕਰਨ ਕੀ ਰੋਸ਼ਨੀ ਲਾਈ ਜੰਮੂ ਕਸ਼ਮੀਰ ਮੇਂ, ਵਿਸ਼ੇਸ਼ਕਰ ਜੰਮੂ ਮੇਂ, ਉਸਕੋ ਲੇਕਰ ਕੇ ਸ਼ੋਧ ਹੋ, ਵਿਸ਼ਲੇਸ਼ਣ ਹੋ, ਤਾਂ ਕਿ ਹਮਾਰੀ ਅਗਲੀ ਪੀੜ੍ਹੀ ਉਸਸੇ ਪਰਿਚਿਤ ਹੋ ਸਕੇ। ਉਦਾਹਰਣ ਕੇ ਤੌਰ ਪਰ ਯਹਾਂ ਪਹਿਲਾ ਰੇਡੀਓ ਸਟੇਸ਼ਨ ਉਹਨਾਂ ਨੇ ਹੀ ਸਥਾਪਿਤ ਕੀਆ, ਔਰ ਆਰੰਭਿਕ ਦੌਰ ਮੇਂ ਬੜੇ ਬੜੇ ਸਾਹਿਤਕਾਰ ਰਾਜਿੰਦਰ ਸਿੰਘ ਬੇਦੀ ਜੈਸੇ ਜੋ ਮਸ਼ਹੂਰ ਹੈ ਆਪਣੇ ਕਲਾ ਕੇ ਲੀਏ, ਦਸਤਕ ਫਿਲਮ ਕੇ ਲੀਏ, ਏਕ ਚਾਦਰ ਮੈਲੀ ਸੀ ਕੇ ਲੀਏ, ਉਨਕੋ ਯਹਾਂ ਸਟੇਸ਼ਨ ਡਾਇਰੈਕਟਰ ਰਹੇ ਹੋ। ਇਸੀ ਪ੍ਰਕਾਰ CSIR ਜੋ ਅੱਜ CSIR ਕਾ ਹਿੱਸਾ ਹੈ, ਇਹ ਮਹਾਰਾਜਾ ਸਾਹਿਬ ਨੇ ਸਥਾਪਿਤ ਕੀਆ, ਤਬ ਇਸਕਾ ਨਾਮ ਥਾ DRL ਡਰੱਗ ਰਿਸਰਚ ਲੈਬੋਰਟਰੀ, ਔਰ ਸਰ ਰਾਮਨਾਥ ਚੋਪੜਾ 1942 ਮੇਂ ਕਲਕੱਤਾ ਸੇ ਸੇਵਾ ਨਿਵਰਤ ਹੋਤੇ ਉਨਕੋ ਯਹਾਂ ਲਾਇਆ ਜਾਤਾ ਹੈ। ਇਸੀ ਪ੍ਰਕਾਰ GGM ਸਾਇੰਸ ਕਾਲਜ ਜੋ ਉਸ ਸਮੇਂ ਪ੍ਰਿੰਸ ਆਫ ਵੇਲਸ ਕਾਲਜ ਕਹਾ ਜਾਤਾ ਥਾ, ਵਹਾਂ ਪਰ ਰਾਸ਼ਟਰੀ ਸਤਰ ਕੇ ਸ਼ਿਕਸ਼ਕ ਪ੍ਰੋਫੈਸਰ ਸਿਦੇਸ਼ਵਰ ਵਰਮਾ ਜੈਸੇ ਯਹਾਂ ਪਰ ਉਹਨੇ ਆਮੰਤ੍ਰਿਤ ਕੀਏ, ਤਾਂ ਕਿ ਯਹਾਂ ਕੇ ਬੱਚੋਂ ਕੋ ਹਰ ਪ੍ਰਕਾਰ ਸੇ ਉਸੀ ਤਰ੍ਹਾਂ ਕਾ ਐਕਸਪੋਜਰ ਹੋ ਜੈਸੇ ਬਾਕੀ ਦੇਸ਼ ਮੇਂ ਹੋ ਰਹਾ ਹੈ। ਕਲਾ ਕੇ ਖੇਤਰ ਮੇਂ ਮਲਿਕਾ ਪੁਖਰਾਜ ਉਨਕੀ ਦੇਨ ਹੈ, ਭਾਰਤੀ ਉਪ ਮਹਾਦੀਪ ਜੋ ਆਪਣੀ ਉਸ ਨਜ਼ਮ ਕੇ ਲੀਏ ਅਮਰ ਹੋ ਗਈ ਕਿ ਮੈਂ ਅਭੀ ਤੋਂ ਮੈਂ ਜਵਾਨ ਹੂੰ। ਇਸੀ ਤਰ੍ਹਾਂ ਸੇ ਸਵਾਸਥ ਕੇ ਖੇਤਰ ਮੇਂ ਇਹ ਦੋਨੋਂ ਬੜੇ ਹਸਪਤਾਲ ਜਿਹਨੇ ਉਸ ਸਮੇਂ ਸਦਰ ਹਸਪਤਾਲ ਕਹਾ ਜਾਂਦਾ ਥਾ, SMGSH, ਇਹ ਵੀ ਉਨਕੀ ਦੇਨ ਹੈ। ਤੋ ਮੁਝੇ ਲਗਤਾ ਕਿ ਇਹ ਅਗਰ ਹਮ ਸੋਚੇਂਗੇ ਤੋ ਇਹ ਨਾ ਕੇਵਲ ਮਹਾਰਾਜਾ ਕਿ ਇਨ ਬਾਤੋਂ ਕੇ ਖੋਜ ਸੇ, ਅਧਿਐਨ ਸੇ ਯੁਵਾਓਂ ਕੋ ਪਰ ਇੱਕ ਪ੍ਰੇਰਣਾ ਮਿਲੇਗੀ, ਬਲਕਿ ਯਹਾਂ ਕੇ ਸ਼ਾਸਕੋਂ ਕੋ ਵੀ ਇੱਕ ਸੀਖ ਮਿਲੇਗੀ ਕਿ ਕਿਸ ਤਰ੍ਹਾਂ ਸੇ ਰਾਜ ਧਰਮ ਨਿਭਾਇਆ ਜਾਤਾ ਹੈ ਨਿਆਏ ਪੂਰਵਕ ਔਰ ਬਹੁਮੁਖੀ ਖੇਤਰੋਂ ਮੇਂ।